ਹੁਸ਼ਿਆਰਪੁਰ ਤੋਂ ਇੱਕ ਦਰਦਨਾਕ ਸੜਕ ਹਾਦਸੇ ਦੀ ਖਬਰ ਸਾਹਮਣੇ ਆ ਰਹੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ ਪਿਕਅਪ ਗੱਡੀ ਦੇ ਵੱਲੋਂ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਇਸ ਪਿਕਅਪ ਗੱਡੀ ਦਾ ਮਾਲਕ ਗੱਡੀ ਭਜਾ ਕੇ ਉੱਥੋਂ ਫਰਾਰ ਹੋਣ ਦੀ ਕੋਸ਼ਿਸ਼ ਕਰਦਾ ਹੈ। ਲੇਕਿਨ ਹੜਬੜੀ ਦੇ ਵਿੱਚ ਇੱਕ ਹੋਰ ਮੋਟਰਸਾਈਕਲ ਨੂੰ ਉਸ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ, ਜਿਸ ਦੀ ਵੀਡੀਓ ਸਾਹਮਣੇ ਆ ਰਹੀ ਹੈ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਦੂਰ ਤੱਕ ਇਸ ਮੋਟਰਸਾਈਕਲ ਨੂੰ ਘੜੀਸਦੇ ਹੋਏ ਲਿਜਾ ਰਹੀ ਹੈ ਇਹ ਗੱਡੀ। ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਸਾਫ਼ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ टक्कर मारन तो बाद भी गड्डी पजाउंदा होया नज़र आ रहा है। इस पिकअप गड्डी दा ड्राइवर अते मोटरसाइकल चालक इस गड्डी दे उपर लटकदा होया नज़र आ रहा है। तीन लोग इस हादसे दे विच बुरी तरह जख्मी होए दसे जा रहे ने। लोगों दे वल्लों मुश्किल दे नाल इस गड्डी नूं रोकिया जांदा है अते इस गड्डी दे ड्राइवर नूं काबू करके पुलिस दे हवाले कर दिता जांदा है। लेकिन तीन लोग ने जो बुरी तरह जख्मी हो चुके ने इस सड़क हादसे दे विच।